ਪਟਕਾ ਸਕਦੇ। ਮਨ ਕੀ ਬਾਤ ਮੇਰਾ ਅਗਲਾ ਵਿਸ਼ਾ ਹੈ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਸ਼ਰੇਆਮ ਗਾਲਾਂ ਕਿਉਂ। ਹੁਣੇ ਹੁਣੇ ਮੇਰੇ ਮਿਸਿਸ ਬਨੇਰੇ ਤੇ ਗਏ ਤੇ ਸਾਡੀ ਗਲੇ ਚ ਬੱਚੇ ਟਿਊਸ਼ਨਾਂ ਬੜੇ ਪੜ੍ਹਦੇ ਨੇ ਵੱਡੇ ਛੋਟੇ, ਤੇ ਚਾਹੇ ਹਿੰਦੂ ਨੇ ਚਾਹੇ ਸਰਦਾਰ ਨੇ ਚਾਹੇ ਮੁਸਲਮਾਨ ਨੇ ਜਾਨੀ ਬੋਧੀ ਪਾਰਿਸਾਈ ਅੰਗਰੇਜ਼ ਨੇ ਗੱਲ ਗੱਲ ਚ ਮਾਂ ਭੈਣ ਦੀਆਂ ਗਾਲਾਂ ਕੱਢਦੇ ਪਏ ਨੇ। ਇੰਨੇ ਬੇਸ਼ਰਮ ਨੇ ਬੱਚੇ ਜਾਂ ਵੱਡੇ ਵੀ ਕਿ ਕੋਠੀਆਂ ਦੇ ਵਿੱਚ ਲੇਡੀਜ਼ ਵਸਦੀਆਂ ਨੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਚਾਹੇ ਤੁਸੀਂ ਹਸਪਤਾਲਾਂ ਚਲੇ ਜਾਓ, ਰੈਸਟੋਰੈਂਟ ਚਲੇ ਜਾਓ, ਥੀਏਟਰ ਚਲੇ ਜਾਓ, ਈਵਨ ਗੁਰਦੁਆਰਿਆਂ ਦੇ ਅੰਦਰ ਥੋੜੀ ਸ਼ਰਮ ਕਰ ਲੈਣਗੇ ਤੇ ਬਾਹਰ ਵੀ ਮਾਂ ਭੈਣ ਦੀਆਂ ਗਾਲਾਂ ਚੱਲਦੀਆਂ ਹੁੰਦੀਆਂ ਨੇ। ਤੇ ਮੈਂ ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਬੇਨਤੀ ਕਰਾਂਗਾ, ਪੁਲਿਸ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ, ਨਾ ਭਗਵੰਤ ਮਾਨ ਨੂੰ, ਜਿੰਨੇ ਨੇਕ ਦਿਲ ਸਿੱਖ ਨੇ, ਜੈਨੀ, ਬੋਧੀ, ਪਾਰਸੀ, ਈਸਾਈ, ਅੰਗਰੇਜ਼ ਨੇ, ਹਿੰਦੂ ਨੇ, ਸਾਰੇ ਰਲ ਜਾਓ, ਜਿੱਥੇ ਗਾਲ ਕੱਢੇ ਜਿਹੜੇ ਨੇਕ ਦਿਲ ਨੇ ਔਰ ਬਹਾਦਰ ਨੇ, ਫੜ ਕੇ ਲੰਮਾ ਪਾ ਲਓ ਤੇ ਕੁੱਟ ਕੁੱਟ ਕੇ ਦਮੋਇਆ ਕਰ ਦਿਓ। ਇੱਦਾਂ ਹੀ ਗਾਲਾਂ ਰੁਕਣਗੀਆਂ ਨਹੀਂ ਤਾਂ ਇਹਨਾਂ ਮੂਰਖਾਂ ਨੇ ਆਵਾਜ਼ ਨਹੀਂ ਆਉਣਾ। ਜਦੋਂ ਗਾਲ ਕੱਢੇ ਮੈਂ ਕਹਿੰਦਾ ਖੱਬੇ ਹੱਥ ਦੀ ਨਾ ਭਾਰੇ ਹੱਥ ਦੀ ਉਤਾਰ ਦਿਓ ਤੇ ਮਾਰ ਮਾਰ ਕੇ ਨਾ ਗੱਲ ਸੁਝਾ ਦਿਓ। ਤੇ ਜਦੋਂ ਪੁਲਿਸ ਕੇਸ ਬਣੇ ਤੇ ਉਹਦੇ ਵਿੱਚ ਨਾ ਪੁਲਿਸ ਅਗਰ ਤੁਹਾਡੇ ਨਾਲ ਜਾਂਦੀ ਪੁਲਿਸ ਨੂੰ ਦੋ ਚਾਰ ਧਾਰ ਦਿਓ। ਇਹ ਨਾ ਪੁਲਿਸ ਗਾਲ ਕੱਢੇ ਤੇ ਨਾ ਕੋਈ ਕੱਢਣਗੇ ਆਪਣਾ ਪੰਜਾਬ ਦੇ ਵਾਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।